ਏਜੰਟ ਤੇ ਡਿਪੈਂਡੈਂਟ ਸਕੇ ਕਿ ਏਜੰਟ ਹਾਂਜੀ ਤੇ ਏਜੰਟ ਤੇ ਡਿਪੈਂਡੈਂਟ ਸੀਗਾ ਆਪਣੇ ਬ੍ਰਦਰ ਨੂੰ ਇਹ ਫੋਨ ਕੀਤਾ ਕਿ ਮੈਂ ਕਿਹਾ ਏਜੰਟ ਨੂੰ ਦੱਸ ਕਿ ਮੈਨੂੰ ਕਿਤੇ ਫਸਾਤਾ ਪਾਸ ਆਊਟ ਹੋਣ ਲੱਗੇ ਸੀਗੇ ਉਹ ਕਹਿੰਦੇ ਕਾਲਜ ਬੰਦ ਹੋ ਗਿਆ ਸਾਰਿਆਂ ਦੀ ਸੋਚ ਸਟੱਡੀ ਕਰਨ ਦੀ ਹੈ ਕਿ ਜਾਂ ਕਿ ਪਿੱਛੋਂ ਸੋਚ ਇਹ ਹੈ ਕਿ ਬਾਹਰ ਪੱਕੇ ਹੋਣਾ ਨਹੀਂ ਸੱਚੀ ਗੱਲ ਤਾਂ ਪੱਕੇ ਹੋਣ ਹੀ ਆਉਂਦਾ ਜੀ ਮੇਰਾ ਨਾਮ ਗੁਰਪਰਨ ਸਿੰਘ ਹੈ ਜੀ ਅਤੇ ਮੈਂ ਬਠਿੰਡੇ ਤੋਂ ਹਾਂ ਜੀ ਮੇਰਾ ਨਾਮ ਜਸਪਿੰਦਰ ਸਿੰਘ ਹੈ ਜੀ ਮੈਂ ਜੰਮੂ ਕਸ਼ਮੀਰ ਤੋਂ ਹਾਂ ਜੀ ਸਤਿ ਅਕਾਲ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਮੈਂ ਵੀ 2015 'ਚ ਐਜ ਏ ਸਟੂਡੈਂਟ ਆਇਆ ਸੀਗਾ ਅਤੇ ਤੁਸੀਂ ਸਾਰੇ 2015 ਦੇ ਬੈਚ ਦੇ ਹੀ ਲੱਗਦੇ ਹੋ ਅਸੀਂ ਅੱਜ ਇੱਥੇ ਸ਼ੰਘਾਈ ਵਿੱਚ ਪੂਡੋਂਗ ਏਅਰਪੋਰਟ ਚਾਈਨਾ ਦੇ ਇੰਟਰਨੈਸ਼ਨਲ ਏਅਰਪੋਰਟ 'ਤੇ ਹਾਂ 8 ਘੰਟੇ ਦੀ ਲੇਓਵਰ ਹੈ ਅਤੇ ਸਾਨੂੰ ਮੌਕਾ ਮਿਲਿਆ ਇੱਥੇ ਹੀ ਸਾਡੇ ਨਾਲ ਮਿੱਤਰ ਪਿਆਰੇ ਪੰਜਾਬੀ ਔਕਲੈਂਡ ਤੋਂ ਨਾਲ 5-7 ਸਟੂਡੈਂਟ ਲਾਈਫ ਤੋਂ ਨਿਕਲ ਕੇ ਹੁਣ ਕੰਮਾਂ ਕਾਰਾਂ ਵਿੱਚ ਕੰਮ ਕਰ ਰਹੇ ਨੇ ਤੁਸੀਂ ਕੀ ਕਰ ਰਹੇ ਜੀ ਮੈਂ ਹੁਣ ਵਰਕ ਵੀਜ਼ੇ 'ਤੇ ਹਾਂ ਜੀ ਵਰਕ ਵੀਜ਼ੇ 'ਤੇ ਸਾਰੇ ਅੱਡੋ ਅੱਡ ਕੋਲੇਜ ਹਾਂਜੀ ਮੇਰਾ ਤਾਂ ਆਸਮਾਨ ਸੀਗਾ ਜੀ ਆਸਮਾਨ ਇੰਟਰਨੈਸ਼ਨਲ ਅਕੈਡਮੀ ਅੱਛਾ ਹਾਂਜੀ 2015 ਹੁਣ ਆ ਗਿਆ 2020 ਆ ਗਿਆ ਜਿਹੜਾ ਸਟੂਡੈਂਟ 2015 'ਚ ਆਇਆ ਸੀ ਅੱਜ ਜਿਹੜਾ ਸਟੂਡੈਂਟ ਆ ਰਿਹਾ ਨਿਊਜ਼ੀਲੈਂਡ 'ਚ ਉਹਦੀ ਲਾਈਫ 'ਚ ਤੁਹਾਡੀ ਲਾਈਫ 'ਚ ਕੀ ਵੱਡਾ ਅੰਤਰ ਆ ਜਦੋਂ ਅਸੀਂ ਆਏ ਸੀਗੇ ਮਤਲਬ ਅਸੀਂ ਤਾਂ ਕੋਈ ਬਹੁਤਾ ਪੁੱਛਿਆ ਨਹੀਂ ਸੀ ਜਿਵੇਂ ਏਜੰਟ ਨੇ ਕਿਹਾ ਉਵੇਂ ਹੀ ਆ ਗਏ ਸੀਗੇ ਵੀ ਮਤਲਬ ਉਹਨੇ ਕਿਹਾ ਬਿਜ਼ਨਸ ਦੀ ਸਟੱਡੀ ਲੈ ਲਓ ਅਤੇ ਉੱਥੇ ਠੀਕ ਹੋ ਜੂ ਪੀ ਆਰ ਹੋ ਜਾਓਗੇ ਬਸ ਛੇਤੀ ਇਹ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਅੱਜ ਦੀ ਡੇਟ 'ਚ ਵੀ ਪੰਜਾਬ 'ਚ ਉਹ ਡਿਪੈਂਡੈਂਟ ਆ ਆਪਣੇ ਪੇਰੈਂਟਸ 'ਤੇ ਏਜੰਟਾਂ 'ਤੇ ਆਪ ਡਿਸੀਜਨ ਲੈਣ ਦੇ ਕਾਬਲ ਨਹੀਂ ਆ ਇਹ ਕਾਰਨ ਕੀ ਆ ਇਹ ਮੇਨ ਕਾਰਨ ਤਾਂ ਘਰ ਦੇ ਹੀ ਹੁੰਦੇ ਜੀ ਪਹਿਲਾਂ ਜਦੋਂ ਬੱਚਾ ਛੋਟਾ ਹੁੰਦਾ ਪਹਿਲਾਂ ਤਾਂ ਉਹਨੂੰ ਘਰ ਨਹੀਂ ਟੱਪਣ ਦਿੰਦੇ ਜੀ ਇਕੱਲੇ ਨੂੰ ਠੀਕ ਆ ਹੈ ਨਾ ਜੀ ਪਹਿਲਾਂ ਉਹਨੂੰ ਵੇਖਣਗੇ ਤੂੰ ਘਰ ਹੀ ਖੇਡ ਅਤੇ ਹੁਣ ਮੈਂ ਆਪਦੇ 'ਤੇ ਕਹਿਣਾ ਤੁਹਾਨੂੰ ਵੀ ਮਤਲਬ ਮੈਂ ਪਹਿਲਾਂ ਬਠਿੰਡਾ ਨੂੰ ਟੱਪਿਆ ਸੀ ਅਤੇ ਮੈਂ ਸਿੱਧਾ ਨਿਊਜ਼ੀਲੈਂਡ ਭੇਜਤਾ ਅਤੇ ਮੈਨੂੰ ਕੋਈ ਪਤਾ ਹੀ ਨਹੀਂ ਲੱਗਦਾ ਸੀ ਇੱਥੇ ਅਤੇ ਘਰਦਿਆਂ ਨੂੰ ਚਾਹੀਦਾ ਜਵਾਕ ਨੂੰ ਭੇਜਣ ਮਾੜਾ ਮੋਟਾ ਬਾਹਰ ਕਿਤੇ ਸਮਾਨ ਸਮੂਨ ਲੈਣ ਭੇਜਣ ਵੀ ਹਾਂ ਜਵਾਕ ਨੂੰ ਪਤਾ ਲੱਗੇ ਵੀ ਕੀ ਕਿਹੜੀ ਜ਼ਿੰਮੇਵਾਰੀ ਪਾਉਣ ਉਹ ਕਈ ਕਹਿ ਦਿੰਦੇ ਨਾ ਵੀ ਹੁਣ ਜਵਾਕ ਸ਼ਹਿਰੀ ਇਹਨੂੰ ਤਾਂ ਗੰਢਿਆਂ ਦਾ ਭਾਅ ਨਹੀਂ ਪਤਾ ਹੋਣਾ ਵੀ ਕਿਵੇਂ ਉਹਨੂੰ ਲਏ ਨਹੀਂ ਹੁੰਦੇ ਕਦੇ ਉਹਨੂੰ ਕਿਵੇਂ ਪਤਾ ਜੀ ਇੱਥੇ ਦੀ ਸਟੱਡੀ ਅਤੇ ਇੰਡੀਆ ਦੀ ਸਟੱਡੀ 'ਚ ਬਹੁਤ ਫਰਕ ਸੀਗਾ ਜੀ ਸਟਾਰਟਿੰਗ ਦੇ ਵਿੱਚ ਤਾਂ ਕੁਛ ਨਹੀਂ ਪਤਾ ਸੀਗਾ ਕੋਈ ਰੂਲਸ ਦੇ ਬਾਰੇ ਨੇ ਜਿੱਦਾਂ ਕੋਈ ਕੰਮ ਲੱਭਣਾ ਜਾਂ ਕੁਛ ਨਹੀਂ ਪਤਾ ਸੀਗਾ ਜਦੋਂ ਤੁਹਾਡਾ ਕਾਲਜ ਤੁਸੀਂ ਦੱਸਿਆ ਦਿੱਕਤ ਆਈ ਕਾਲਜ ਬੰਦ ਹੋ ਗਿਆ ਸੀ ਕਾਲਜ ਹਾਂਜੀ ਹਾਂਜੀ ਕੀ ਪ੍ਰੋਬਲਮ ਆਈ ਸੀ ਇਮੀਗ੍ਰੇਸ਼ਨ ਨੇ ਆਪ ਹੀ ਕਰਤਾ ਸੀਗਾ ਕੋਈ ਉਹਨਾਂ ਕੋਲ ਕਾਲਜ ਵਾਲਿਆਂ ਕੋਲੋਂ ਇੰਨਾ ਬੱਚਾ ਹੈਂਡਲ ਨਹੀਂ ਹੋ ਰਿਹਾ ਸੀਗਾ ਸਟੂਡੈਂਟ ਜ਼ਿਆਦਾ ਹੋ ਗਏ ਸੀ ਉਹਨਾਂ ਕੋਲ ਰਿਸੋਰਸਿਸ ਨਹੀਂ ਸੀਗੇ ਰਿਸੋਰਸ ਨਹੀਂ ਸੀਗੇ ਉੱਥੇ ਤਾਂ ਇੰਡੀਆ ਕਹਿ ਦਿੰਦੇ ਕੰਮ ਛੋਟਾ ਵੱਡਾ ਇੱਥੇ ਕੋਈ ਕੰਮ ਛੋਟਾ ਵੱਡਾ ਨਹੀਂ ਹੈ ਜੀ ਇੱਥੇ ਹਰ ਕੋਈ ਮਤਲਬ ਹਰ ਕਿਸੇ ਸੇਮ ਰਿਸਪੈਕਟ ਹੈ ਕੋਈ ਵੱਡਾ ਵਾ ਛੋਟਾ ਵਾ ਇਹ 'ਚ ਆਹ ਫਰਕ ਹੈ ਜੀ ਐਜ਼ ਅ ਸਟੂਡੈਂਟ ਹਾਂਜੀ ਕਿਹੜੀਆਂ ਗਲਤੀਆਂ ਤੁਸੀਂ ਸਮਝਦੇ ਹੋ ਕਿ ਬਾਰ ਬਾਰ ਰਿਪੀਟ ਕੀਤੀਆਂ ਜਦੋਂ ਸਟੂਡੈਂਟ ਲਾਈਫ 'ਚ ਸੀਗੇ ਸੋਚਿਆ ਹੀ ਨਹੀਂ ਸੀ ਮਤਲਬ ਅੱਗੇ ਕੀ ਕਰਨਾ ਕਾਲਜ ਜਾਈਦਾ ਸੀ ਇੱਥੇ ਵੀ ਇੰਡੀਆ ਵਾਲਾ ਹਿਸਾਬ ਹੀ ਚਲਾਇਆ ਵੀ ਚਲੋ ਜਿਹੜਾ ਕੰਮ ਕਰਨ ਜਾਈਦਾ ਉਹੀ ਕਰਕੇ ਮੁੜ ਜਾਈਦਾ ਕੰਮ ਲੱਭਿਆ ਹੀ ਨਹੀਂ ਆਪਦੀ ਫੀਲਡ 'ਚ ਨਹੀਂ ਲੱਭਿਆ ਬਿਜ਼ਨਸ ਦੀ ਸਟੱਡੀ ਸੀ ਕੁਛ ਵੀ ਮਤਲਬ ਇੱਦਾਂ ਹੋ ਗਿਆ ਗਲਤੀ ਜਿਹੜੀ ਆ ਕਿ ਗਲਤੀ ਰਿਪੀਟ ਨਹੀਂ ਕਰਨੀ ਉਹ ਕੰਮ 'ਚ ਪੈ ਕੇ ਆਈ ਆ ਉਹ ਸਟੱਡੀ ਵਿੱਚ ਨਹੀਂ ਆਈ ਨਹੀਂ ਨਹੀਂ ਕੋਈ ਮਤਲਬ ਉਦੋਂ ਇੰਨਾ ਡਿਵੈਲਪ ਹੀ ਨਹੀਂ ਸੀਗਾ ਕੌਨਫੀਡੈਂਸ ਹੀ ਨਹੀਂ ਸੀਗਾ ਮਤਲਬ ਕਿਸੇ ਨੂੰ ਪੁੱਛ ਲਈਏ ਕੁਛ ਹੁਣ ਮੈਂ ਐਵੇਂ ਕਹਾਂ ਵੀ ਪੰਜਾਬ 'ਚ ਕੁਛ ਹੈ ਨਹੀਂ ਪੰਜਾਬ 'ਚ ਹੋਣਾ ਪਰ ਅਸੀਂ ਕੋਸ਼ਿਸ਼ ਹੀ ਨਹੀਂ ਕੀਤੀ ਸੋਚ ਤੁਹਾਡੀ ਇੱਥੇ ਆ ਕੇ ਬਣੀ ਇੱਥੇ ਆ ਕੇ ਬਣੀ ਕੰਮ ਕਰਕੇ ਬਣੀ ਸਹੀ ਗੱਲ ਕਿ ਜਿਹੜੇ ਰਿਸੋਰਸਿਸ ਆਪਣੇ ਕੋਲ ਪੰਜਾਬ 'ਚ ਹੈਗੇ ਆਪਾਂ ਉਹਨਾਂ ਨੂੰ ਪੂਰੀ ਤਰ੍ਹਾਂ ਯੂਟੀਲਾਈਜ਼ ਨਹੀਂ ਕੀਤਾ ਹਾਂਜੀ ਹਾਂਜੀ ਜਿਵੇਂ ਇੱਥੇ ਆਪਾਂ ਲਾ ਲਈਏ ਇੱਥੇ ਵੀ ਕਈ ਲੋਕ ਕੀਵੀਆਂ ਤੋੜਦੇ ਹੈ ਨਾ ਜੀ ਆਪਣੇ ਸਟੂਡੈਂਟ ਹਾਂਜੀ ਅਤੇ ਉੱਥੇ ਆਪਾਂ ਖੇਤਾਂ 'ਚ ਘਰਦਿਆਂ ਨਾਲ ਕੰਮ ਨਹੀਂ ਕਰਾਉਂਦੇ ਅਤੇ ਅੰਡਰ ਕੰਮ ਕਰਦੇ ਹਾਂ ਵੀ ਆਵਰਲੀ ਰੇਟ 'ਤੇ ਉੱਥੇ ਆਪਾਂ ਨੂੰ ਆਪਦੇ ਘਰੇ ਕਮਾਈ ਆਉਣੀ ਸਾਰੀ ਪੰਜਾਬ 'ਚ ਚੀਜ਼ਾਂ ਤਾਂ ਹੈ ਆਪਾਂ ਛੱਡ ਚੁੱਕੇ ਹਾਂ ਨਾ ਵਿਸ਼ਵਾਸ ਉੱਠ ਗਿਆ ਅਸਲ 'ਚ ਆਪਣਾ ਉੱਥੋਂ ਤਾਂ ਉਹਨਾਂ ਨਾਲ ਭੇਡ ਚਾਲ ਹੋ ਗਈ ਵੀ ਉਹ ਵੀ ਚੱਲੇ ਆ ਅਤੇ ਆਪਾਂ ਵੀ ਚੱਲੀਏ ਕੁਛ ਨਾ ਕੁਛ ਤਾਂ ਬਾਹਰ ਹੈਗੇ ਹੀ ਆ ਵਧੀਆ ਜਿਹੜੇ ਸਾਰੇ ਹੀ ਚੱਲੇ ਆ ਲੈ ਦੇ ਕੇ ਉੱਥੇ ਦਿਸਦਾ ਕੁਛ ਨਾ ਹਾਂਜੀ ਦਿਸਦਾ ਨਹੀਂ ਉੱਥੇ ਕੁਛ ਅਸਲ 'ਚ ਮਤਲਬ ਨਾ ਹੀ ਮਾਪਿਆਂ ਨੂੰ ਚੁੱਕਿਆ ਪੋਲੀਟਿਕਸ ਨੇ ਜ਼ਿਆਦਾ ਹੀ ਖਰਾਬ ਕਰਤਾ ਕੰਮ ਸੋ ਪੋਲੀਟਿਕਸ ਜਿਹੜੀ ਹੈ ਉਹ ਇੱਕ ਮੇਨ ਤੁਸੀਂ ਉਹਦਾ ਮੰਨਦੇ ਹੋ ਕਿ ਕਾਰਨ ਕਿ ਪੋਲੀਟਿਕਸ ਇਸ ਸਾਡੇ ਦਰਵਾਜ਼ੇ ਜਿਹੜੇ ਆ ਯੰਗ ਪੀੜ੍ਹੀ ਦੇ ਬੰਦ ਹੋਈ ਜਾ ਰਹੇ ਆ ਬਿਲਕੁਲ ਜੀ ਤੁਸੀਂ ਹੁਣ ਤੱਕ ਦੀ ਆਪਣੀ ਲਾਈਫ ਤੋਂ ਜਰਨੀ ਤੋਂ ਖੁਸ਼ ਹੋ ਹੈਪੀ ਹੋ ਹਾਂਜੀ ਹਾਂਜੀ ਠੀਕ ਹੈ ਜੀ ਖੁਸ਼ ਹਾਂ ਜੀ ਅਤੇ ਇੱਥੇ ਜਿਹਦੀ ਪੜ੍ਹਾਈ ਕੀਤੀ ਆ ਤੁਹਾਡੇ ਕੰਮ ਆ ਰਹੀ ਹੈ ਹਾਂਜੀ ਆ ਰਹੀ ਹੈ ਬਿਲਕੁਲ ਜੀ ਜੋਬ 'ਚ ਵੀ ਹਾਂ ਜੋਬ 'ਚ ਵੀ ਜੇ ਤੁਸੀਂ ਇਹਨੂੰ ਇੰਪਲੀਮੈਂਟ ਕਰਨਾ ਚਾਹੋ ਜੇ ਸਿਸਟਮ ਸੁਧਰੇ ਪੰਜਾਬ 'ਚ ਤਾਂ ਪੰਜਾਬ 'ਚ ਜਾਣਾ ਚਾਹੋਗੇ ਮੁੜ ਕੇ ਕੰਮ ਕਰਨਾ ਚਾਹੋਗੇ ਹਾਂਜੀ ਫਿਰ ਆਪਣੇ ਘਰ 'ਚ ਕੌਣ ਨਹੀਂ ਜਾਣਾ ਚਾਹੁੰਦਾ ਤੁਹਾਨੂੰ ਪਤਾ ਜੇ ਆਪਣਾ ਉੱਥੇ ਸਿਸਟਮ ਸਹੀ ਹੋਵੇ ਫਿਰ ਉੱਥੇ ਜਾਣਾ ਚਾਹਾਂਗੇ ਇਹ ਪੰਜਾਬ 'ਚ ਕੱਲ੍ਹ ਨੂੰ ਪੋਲੀਟੀਕਲ ਰੈਵੋਲੂਸ਼ਨ ਆਉਂਦਾ ਕੋਈ ਹਾਂਜੀ ਤਾਂ ਤੁਸੀਂ ਉੱਥੇ ਜਾ ਕੇ ਕੰਮ ਕਰਨਾ ਚਾਹੋਗੇ ਕਿ ਉੱਥੇ ਓਪਰਚੁਨਿਟੀ ਹੋਊਗੀ ਨਹੀਂ ਬਿਲਕੁਲ ਜੀ ਮੈਂ ਤਾਂ ਅੱਜ ਵੀ ਵਾਪਸ ਜਾਣਾ ਚਾਹੁੰਦਾ ਪਰ ਸਾਨੂੰ ਪਤਾ ਉੱਥੇ ਕੁਛ ਹੋਣਾ ਨਹੀਂ ਗਲਤ 'ਚ ਹੀ ਰਹੀ ਜਾਂਦੇ ਆਪਾਂ ਬਾਹਰ ਆ ਕੇ ਉਹਨੂੰ ਪਤਾ ਲੱਗਦਾ ਆਪਾਂ ਨੂੰ ਆਹ ਸਹੀ ਆ ਅਤੇ ਫਿਰ ਆਪਾਂ ਨੂੰ ਪਤਾ ਲੱਗਦਾ ਵੀ ਉੱਥੇ ਕੀ ਗਲਤ ਆ ਆਉਣਾ ਚਾਹੀਦਾ ਬਾਹਰ ਸਾਰਿਆਂ ਨੂੰ ਆਉਣਾ ਚਾਹੀਦਾ ਮੈਂ ਤਾਂ ਕਹਿੰਦਾ ਆਉਣ ਪਤਾ ਲੱਗੇ ਸਾਰਿਆਂ ਨੂੰ ਕਿੰਨੇ ਸਾਲਾਂ ਬਾਅਦ ਘਰ ਜਾ ਰਹੇ ਹੋ ਅੱਜ ਮੈਂ ਚੱਲਿਆ ਜੀ 5.5 ਸਾਲ ਬਾਅਦ
5 ਸਾਲ ਤੁਸੀਂ ਘਰ ਨਹੀਂ ਗਏ? ਹਾਂਜੀ ਨਹੀਂ। ਪੰਜਾਬ ਦੇ ਸਿਆਸਤਦਾਨਾਂ ਨੂੰ ਕੋਈ ਇੱਕ ਨੌਜਵਾਨ ਹੋਣ ਦੇ ਨਾਤੇ ਇੱਥੇ ਬਾਹਰਲੇ ਮੁਲਕ ਤੋਂ ਤੁਸੀਂ ਕੋਈ ਸੁਨੇਹਾ ਦੇਣਾ ਚਾਹੋਗੇ ਕਿ ਉੱਥੇ ਦੇ ਸਿਆਸਤਦਾਨਾਂ ਨੂੰ ਕੀ ਦਿਲੋਂ ਮੈਸੇਜ ਕੀ ਦੇਣਾ ਚਾਹੋਗੇ? ਬਾਹਰ ਨਹੀਂ ਰਹਿਣਾ ਚਾਹੁੰਦਾ ਨਾ ਘਰਦਿਆਂ ਦਾ ਦੂਰ, ਕੋਈ ਸਾਰੇ ਆਪਦੇ ਘਰਦਿਆਂ ਕੋਲ ਰਹਿਣਾ ਚਾਹੁੰਦੇ ਆ। ਅਸੀਂ ਸਾਨੂੰ ਨੌਕਰੀਆਂ ਚਾਹੀਦੀਆਂ ਕੈਪਟਨ ਸਾਹਿਬ ਨੂੰ, ਫੋਨ 'ਤੇ ਅਸੀਂ ਕੀ ਕਰਨੇ ਹਾਂ, ਫੋਨ 'ਤੇ ਚਲੋ ਜੇ ਸਾਨੂੰ ਨੌਕਰੀ ਹੋ ਗਈ ਅਸੀਂ ਆਪੇ ਲੈ ਲਾਂਗੇ। ਸੋ ਤੁਸੀਂ ਤੁਹਾਡਾ ਮੰਨਣਾ ਕਿ ਵੀ ਚਾਹੇ ਕੈਪਟਨ ਸਾਹਿਬ ਹੋਣ ਚਾਹੇ ਬਾਦਲ ਸਾਹਿਬ ਹੋਣ, ਸਾਰਿਆਂ ਨੂੰ ਸੁਨੇਹਾ ਇੱਕ ਹੀ ਆ, ਹਾਂਜੀ, ਕਿ ਯੂਥ ਨੂੰ ਸਾਂਭੋ ਜੀ।